ਵੀ ਜਿੱਦਣ BJP ਅਤੇ ਬਸਪਾ ਅੰਬੇਡਕਰ ਦੀ ਸਰਕਾਰ ਆਊਗੀ, ਨਸ਼ਾ ਤਾਂ ਖਤਮ ਇੱਕ ਪਾਸੇ ਰਿਹਾ, ਨੌਜਵਾਨ ਖੁਸ਼ਹਾਲ ਹੋਵੇਗਾ। ਸਰ, ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਕਿਹੜੀ ਬਦਲਾਵ ਦੇ ਨਾਂ ਦੇ ਉੱਤੇ ਆਈ ਸੀਗੀ, ਕਿਹੋ ਜਿਹਾ ਬਦਲਾਅ ਤੁਹਾਨੂੰ ਦਿਖ ਰਿਹਾ ਇਸ ਸਮੇਂ? ਬਦਲਾਅ ਸਾਨੂੰ ਇੱਦਾਂ ਦਾ ਦਿਖ ਰਿਹਾ ਵੀ ਦਿਨ ਦਿਹਾੜੇ ਜਿਹੜੀਆਂ ਨੌਜਵਾਨ ਧੀਆਂ ਪੈਣਾ ਫਿਰਦੀਆਂ ਮੋਬਾਈਲ 'ਤੇ ਫੋਨ ਨਹੀਂ ਕਰ ਸਕਦੀਆਂ, ਲੁੱਟ ਖੋਹ ਵੱਧ ਗਈ ਆ, ਗੁੰਡਾਗਰਦੀ ਵੱਧ ਗਈ ਆ, ਧੱਕੇਸ਼ਾਹੀਆਂ ਵੱਧ ਗਈਆਂ, ਇਸ ਕਰਕੇ ਆਮ ਆਦਮੀ 'ਤੇ ਸੁਪਨਾ ਵੀ ਨਾ ਲਵੇ ਵੀ ਕੋਈ ਅਸੀਂ MP ਦੀ ਸੀਟ ਲੈ ਜਾਵਾਂਗੇ। ਸਰ, ਭਾਜਪਾ ਅਤੇ ਬਸਪਾ ਅੰਬੇਦਕਰ ਦੇ ਉਮੀਦਵਾਰ ਸੁਸ਼ੀਲ ਕੁਮਾਰ ਦਾ ਤੁਸੀਂ ਮੁਕਾਬਲਾ ਕਿਸ ਪਾਰਟੀ ਨਾਲ ਦੇਖ ਰਹੇ ਹੋ? ਅਸੀਂ ਦੇਖ ਰਹੇ ਹਾਂ ਚਰਨਜੀਤ ਚੰਨੀ BJP ਦੇ ਸਾਡੇ ਰੈਂਕੂ ਜੀ, ਹਾਂਜੀ ਦੋਨਾਂ ਦਾ ਮੁਕਾਬਲਾ ਆ। BJP ਥੋੜ੍ਹਾ ਜਿਹਾ ਇੱਕ ਗਲਤੀ ਕਰ ਗਈ ਆ ਕਿ ਜਿਹੜਾ ਪ੍ਰਚਾਰ ਕਈਆਂ ਪਿੰਡਾਂ 'ਚੋਂ ਸਾਨੂੰ ਸ਼ਿਕਾਇਤ ਆਉਂਦੀ ਹੈ, ਲੋਕ ਸਾਨੂੰ ਫੋਨਾਂ 'ਤੇ ਸੱਦਦੇ ਆ, ਅਸੀਂ ਜਾਂਦੇ ਹਾਂ ਸੰਪਰਕ ਵਿੱਚ ਹਾਂ, ਪਰ ਉਹ ਵੀ ਵੋਟ ਪਾਉਣਗੇ, ਪਰ ਇਹ ਥੋੜ੍ਹਾ ਜਿਹਾ ਸਾਨੂੰ ਆਪਣੇ ਆਪ ਨੂੰ ਥੋੜ੍ਹਾ ਜਿਹਾ ਮਜ਼ਬੂਤੀ ਦੇ ਨਾਲ ਅੱਗੇ ਲੜਨਾ ਹੋਏਗਾ। ਸਰ, ਜਲੰਧਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਵੀ ਜਿੱਦਾਂ ਕਹਿੰਦੇ ਹੁੰਦੇ ਤਖ਼ਤ ਬਦਲਦੇ ਹੋ ਤਾਜ ਬਦਲਦੇ ਹੋ ਬੇਈਮਾਨਾਂ ਦਾ ਰਾਜ ਬਦਲਦੇ ਹੋ, ਸਾਡੀ ਲੜਾਈ ਇਸ ਵੇਲੇ ਜਿਹੜੀ ਆ ਭਗਵੰਤ ਮਾਨ ਨੇ ਕੁਛ ਨਹੀਂ ਕੀਤਾ, ਸਾਡੀ ਮੇਨ ਲੜਾਈ ਜਿਹੜੀ ਇਹ ਆ, ਤਾਂ ਅਸੀਂ ਜਿਹੜੇ ਰਿੰਕੂ ਜੀ ਨੂੰ ਜਿਤਾਵਾਂਗੇ ਔਰ ਅਸੀਂ ਇੱਥੋਂ ਜ਼ਿਲ੍ਹਾ ਜਲੰਧਰ ਦੇ ਵਿੱਚੋਂ ਸੀਟ ਲੈ ਕੇ ਦਿਖਾਵਾਂਗੇ। ਧੰਨਵਾਦ ਧੰਨਵਾਦ ਸਾਥੀਓ, ਮੁਜ਼ੱਫਰਨਗਰ ਮੁਜ਼ੱਫਰਪੁਰ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਜੁੜੇ ਰਹੋ ਜੀ ਬਾਈ ਲਾਈਵ ਨਿਊਜ਼ ਨਾਲ।